ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਸਾਨਵੀਰੋ ਅੱਜ ਤੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਆ ਤੋਕੜ ਗੱਭਣ ਨੂੰ ਜਰਸੀ ਗਾਂ ਤੁਹਾਨੂੰ ਦਿਖਾਉਣੀ ਆ ਤੇ ਇੱਕ ਆ ਤਾਜ਼ੀ ਸੂਈ ਗਾਂ ਤੁਹਾਨੂੰ ਦਿਖਾਉਣੀ ਆ ਚੰਗੇ ਕੰਦ ਕਾਠ ਵਾਲੀ ਆ ਪਰ ਸਾਂਭ ਵੀ ਕਿਸੇ ਨੇ ਘੱਟ ਆ ਉਸ ਤਰ੍ਹਾਂ ਗਾਂ ਜਿਹੜੀ ਵੇਖਣ 'ਚ ਸੋਹਣੀ ਆ ਅਤੇ ਪਰ ਬਿਲਕੁਲ ਘੱਟ ਸਾਂਭ ਵਾਲੇ ਘਰੋਂ ਆਈ ਆ ਅਤੇ ਮਗਰ ਵੀ ਇਹਦੇ ਵੱਛੀ ਆ ਗੱਲਬਾਤ ਹੁਣ ਆਪਾਂ ਵੀਰ ਜੀ ਉਹਨਾਂ ਨਾਲ ਕਰਦੇ ਪੁੱਛ ਰਹੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦਾ ਜੀ ਅਤੇ ਪਹਿਲਾਂ ਮਾਲ ਤਾਂ ਸਾਰਾ ਖਾਲੀ ਕਰਤਾ ਜੀ ਠੀਕ ਹੈ ਚਲੋ ਨਾਮ ਦੱਸ ਦੇ ਨਾਮ ਜੀ ਮੇਰਾ ਜਿੰਦਾ ਜੀ ਐਡਰੈਸ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਤੇ ਪਿੰਡ ਗਰਵਾਲੀ ਪੈਂਦਾ ਵੀਰ ਜੀ ਆਪਣਾ ਠੀਕ ਹੈ ਜੀ ਤੇ ਫੋਨ ਨੰਬਰ ਬੋਲਦੇ ਨੰਬਰ ਹੈ 9914463 ਠੀਕ ਹੈ ਜੀ ਕਿੰਨੀਆਂ ਫਿਰ ਅੱਜ ਆਪਣੇ ਕੋਲ ਦੋ ਆ ਇੱਕ ਤੋਕੜ ਗੱਭਣ ਆ ਇੱਕ ਤਾਜ਼ੀ ਸੂਈ ਹੈ ਜੀ ਪਹਿਲਾਂ ਕਿਹੜੀ ਵਿਖਾ ਦਈਏ ਭਾਵੇਂ ਤੋਕੜ ਗੱਭਣ ਵਿਖਾ ਲਓ ਪਹਿਲਾਂ ਚਲੋ ਫਿਰ ਤੋਕੜ ਗੱਭਣ ਹੀ ਦਿਖਾ ਦਈਏ ਜਰਸੀ ਆ ਜਿਹੜੀ ਇਹ ਥਾਣੇ ਦੇਖ ਸਕਦੇ ਤੇ ਲਾਗੇ ਤੋਂ ਆਹ ਦੇਖ ਸਕਦੇ ਜੀ ਪੰਜਾਬ ਵਾਲੀ ਜਰਸੀ ਆ ਜੀ ਕਿੰਨੇ ਚਿਰ ਦੀ ਗੱਭਣ ਚ ਵਿਧੀ ਹੈ 7 ਮਹੀਨੇ ਦੀ ਗੱਭਣ ਜੀ ਚੈੱਕ ਪਾਸ ਹੈ ਬਿਲਕੁਲ ਚੈੱਕ ਪਾਸ ਅਸੀਂ ਕਰਾ ਕੇ ਲੈ ਇਹ ਵਾਲਾ ਆਪਣੀ ਕਰਾ ਕੇ ਲੈ ਜੀ ਅੱਛਾ ਤੇ ਮੌਕੇ ਦੇ ਦੁੱਧ ਕਿੰਨਾ ਜੀ ਦੁੱਧ 5 ਕਿਲੋ ਹੈਗਾ ਦੁੱਧ 5 ਲੀਟਰ ਠੀਕ ਹੈ ਚਲੋ ਫਿਰ ਤੋਰ ਦੋ ਬਾਕੀ ਚੰਗੇ ਕੱਦ ਕਾਟਦੀ ਆ ਜਿਹੜੀ ਇੱਧਰ ਦੀ ਆ ਵੀਰ ਜੀ ਹੁਣੀ ਦੱਸਦੇ ਤੇ ਹਵਾਨਾ ਜਿਹੜਾ ਕਾਫੀ ਖੁੱਲਾ ਵਾ ਇਹਦਾ ਉਮੀਦ ਹੈ ਕਿ ਸੱਜਰ ਵੀ ਦੁੱਧ ਜਿਹੜਾ ਚੰਗਰ ਚੋਂ ਚੰਗਾ ਚਵਾਉਂਦੀ ਹੋਊਗੀ ਆ ਜਾਓ ਵੀਰ ਜੀ ਲੈ ਆਓ ਜੀ ਇੱਕ ਮਿੰਟ ਵੀਰ ਜੀ ਰੁਕ ਕੇ ਬੈਣੀ ਹਾਲੇ ਪਾਸੇ ਤੋਂ ਥਾਣੇ ਦੇ ਦਿਖਾ ਦਈਏ ਆਪਾਂ ਆ ਦੇਖ ਸਕਦੇ ਥਾਣੇ ਦੇ ਲੱਗੇ ਤਾਂ ਥਣ ਪੂਰਾ ਚਵਾਈ ਵਾਲਾ ਮਿਲਕ ਮੈਨੂੰ ਚੰਗੇ ਲੱਗੇ ਛੋਟਾ ਦੇਖਦਾ ਹੋਊਗਾ ਬਾਕੀ ਪਸਮ ਕੇ ਥਣ ਜਿਹੜਾ ਪੂਰਾ ਵਧੀਆ ਕਰੂਗੀ ਉਦਾਂ ਚਵਾਈ ਚੂ ਜਿਹੜਾ ਥਾਣਾ ਜੀ ਠੀਕ ਹੈ ਜੀ ਨਾਲ ਤੇ ਵਧੀਆ ਚਵਾਈ ਕਰਾਉਂਦੀ ਆ ਲੱਤ ਥੋੜੀ ਜਿਹੀ ਪਿੱਛੇ ਕਰਿਓ ਇਹਦੀ ਕਿਉਂਕਿ ਬਹੁਤ ਹਾਂ ਆ ਕੋਈ ਇਹ ਨਹੀਂ ਥਾ ਛੋਟਾ ਨਹੀਂ ਆ ਵੇਖੋ ਮੇਰੇ ਹੱਥ ਕਿੱਡੇ ਕਿੱਡੇ ਚਵਾਈ ਪੂਰੀ ਕਰਾਉਂਦੀ ਠੀਕ ਹੈ ਜੀ ਠੀਕ ਹੈ ਜੀ ਲੈ ਜਾਓ ਇਹਨੂੰ ਅੰਦਰ ਫਿਰ ਤੇ ਇਹਨੇ ਵੀ ਦਿੱਤੀ ਸੱਜਰ ਨੇ ਕਿੰਨਾ ਕਿ ਤੇਰਾ ਦੁੱਧ ਚਵਾਇਆ 18 ਮਿਲੀਲੀਟਰ ਵੱਡੀ ਵੱਡੇ ਪੱਲੇ ਦੀ ਆ ਹਾਂਜੀ ਹਾਂ ਤੇ ਉਦਾਂ ਵੀ ਚਲੋ ਬਾਕੀ ਚਲੋ ਕੋਈ ਇੱਥੇ ਆ ਕੇ ਪਸੰਦ ਕਰਕੇ ਖੜੇ ਹਨਾ ਤੇ ਕੀ ਫਿਰ ਇਹਦਾ ਮੁੱਲ ਰੱਖਣਾ ਇਹ ਆਪਾਂ ਫੋਨ ਤੇ ਕਰਾਂਗੇ ਅੱਛਾ ਇਹਦਾ ਮੁੱਲ ਫੋਨ ਤੇ ਕਰਨਾ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਦਿਖਾਉਣੀ ਆ ਇਹਦੇ ਕੋਲ ਆਰ ਪੀਜੀ 13 ਕਿਲੋ ਦੁੱਧ ਹੋਊਗਾ 13 14 13 14 13 14 ਲੀਟਰ ਦੁੱਧ ਜਿਹੜਾ ਇਹਦਾ ਹੈਗਾ ਵਾ ਤੇ ਮਗਰ ਵੱਛੀ ਆ ਗਈ ਜੀ ਵੱਛੀ ਜਿਹੜੀ ਕਾਫੀ ਸੋਹਣੀ ਆ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਹਣ ਪੂਰਾ ਜੀ ਚਵਾਈ ਵਾਲਾ ਪੂਰਾ ਜਿੱਧਰ ਮਰਜੀ ਪੈ ਜਾ ਪੋਲੀ ਰੂਮਰ ਕੀ ਚਵਾਈ ਇਹਦੇ ਵੀ ਤਾਰੇ ਕੇ ਦਿਖਾਈ ਦਿਓ ਫਿਰ ਇਹਨੂੰ ਦੇਖ ਸਕਦੇ ਤਾਂ ਵੀ ਚਵਾ ਤੁਹਾਨੂੰ ਜਿਹੜਾ ਇੱਕ ਵਾਰੀ ਦਿਖਾਈ ਦਿੰਦੇ ਆ ਹਾਂ ਦੇਖ ਸਕਦੇ ਬਿਲਕੁਲ ਮੋਟੀ ਧਾਰ ਆ ਕੋਈ ਦੱਸੋ ਜੀ ਮੋਟਰ ਆ ਪੀਜੀ ਜੀ ਨੇ ਕਹਿੰਦੇ ਕਿ ਦੋ ਦੀ ਮੋਟਰ ਆ ਜਿਹੜੀ ਇਹਨੇ ਮੈਟ ਆ ਮੈਟ ਚ ਟੋਆ ਕਰਤਾ ਮੈਟ ਹੀ ਵੇਜੇ ਨੇ ਕਹਿੰਦੇ ਕਿ ਪਾੜ ਦੂਗੀ ਬਾਕੀ ਥੱਲੇ ਹਵਾਨਾ ਦੇਖ ਸਕਦੇ ਜੀ ਇੱਕ ਵਾਰੀ ਉਹ ਲਾਗੂ ਦੀ ਗਿਆ ਜੀ ਮੂੰਹ ਚ ਓਕੇ ਤੇ ਕਿੰਨਾ ਵੇਜੀ ਤਿਆਰ ਜੇ ਤੇ ਕੋਲ ਪੱਕੇ ਯਾਰ ਪੀਜੀ ਚਵਾ ਕੇ ਦਾਂਗੇ 13 14 ਕਿਲੋ ਦੁੱਧ ਖੁੱਲਾ ਡੋਲਾਗਾ ਤੇ ਇਹ ਹੋ ਸਾਰੀ ਚੀਜ਼ ਆ 13 ਵੀ ਦੇ ਸਕਦੀ 14 ਵੀ ਦੇ ਸਕਦੀ ਬਾਕੀ ਇੱਥੇ ਚਵਾ ਕੇ ਦਾਂਗੇ ਆਈ ਬਿਲਕੁਲ ਘੱਟ ਸਾਂਭ ਵਾਲੇ ਘਰੋਂ ਆਈ ਸਾਂਭ ਵਾਲੇ ਘਰੋਂ ਆਈ ਏ ਨਹੀਂ ਸਾਹਮਣੇ ਵਿਚਾਰਾਂ ਦੀ ਹੈਗੀ ਪਰ ਜਿਹੜਾ ਮੇਰਾ ਵੀਰ ਖੜੂ ਸੇਵਾ ਵਾਲਾ ਉਹ 18-19 ਕਿਲੋ ਦੇ ਜਾਊਗਾ ਸੇਵਾ ਵਾਲਾ ਬੰਦਾ ਕਰੇ ਸੇਵ ਚੰਗੀ ਸਾਹਮ ਵਾਲਾ ਕੋਈ ਕਰੇ ਹਨਾ ਕੋਲਾਂ ਜਿਹੜੀ ਮਰੀ ਪਈ ਹੈ ਤੇ ਮੂੰਹ ਨਹੀਂ ਪੁੱਟਦੀ ਖੁੱਲੀ ਠੀਕ ਹੈ ਜੀ ਜਾਂ ਖੋਲ ਦਾਂ ਫਿਰ ਤੋਲ ਦੀ ਆਜ ਵੀਰ ਜੀ ਲੈ ਆਓ ਜੀ ਸੁਣ ਕੇ ਮਰ ਲਗੀ ਬਣਾ ਰਹੀ ਨਾਲੇ
बाकी हवाना थल्ले जेड़ा काफी खुला है अगे मगर भी ये बच्ची है तो बाकी कोई वीर इत्थे आके चवाई करके खड़ो दोवें गावां जिहड़ियां सूईयां वा अगे तसली करके खड़नी जिहड़ी जिम्मेवारी तुहाडी आ क्योंकि पैसे तो ही खर्चने आ ते तसली भी जिहड़ी तुम ही करनी आ दसिए भीर जी फिर इहदा भी मुल आपां इहदा मुल जायज़ ही करना भीर जी किन्ना कु जायज़ है देण वाली गल करनी गां महीना एक रहेगा गां छटाले चल पैणे आ हांजी इहदी रुत्त फिर बदल जाणी भावें जिन्ने दी बच्ची दोवांगे उन्ने दी फिर बंदा बेच सकदा ठीक है जे आपां 27,000 दी दे तसल्ली करे वेस्ट चाह के फिर अपना पशु खरीदे जी। हाँ जी दोस्तों वीडियो ने पूरा देखने लई बहुत बहुत धन्यवाद।